ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਦਵਿੰਦਰ ਮੰਡ, ਨਿਮਰਤ ਖਹਿਰਾ ਔਰ ਅਰਜਨ ਢਿੱਲੋਂ ਇੱਕ ਵਾਰ ਫਿਰ ਇਕੱਠੇ ਨਜ਼ਰ ਆਉਣ ਵਾਲੇ ਨੇ। ਕਿੱਥੇ ਨਜ਼ਰ ਆਉਣ ਵਾਲੇ ਨੇ ਇਹ ਵੀ ਤੁਹਾਨੂੰ ਦੱਸਦੇ ਹਾਂ। ਦਰਅਸਲ ਨਿਮਰਤ ਖਹਿਰਾ ਦੀ ਇੱਕ ਐਲਬਮ ਆ ਰਹੀ ਹੈ, ਪੰਜਾਬੀ ਐਲਬਮ, ਜਿਸਦਾ ਨਾਮ ਹੈ ਮੈਜੀਕਲ। ਔਰ ਇਸ ਐਲਬਮ ਦੇ ਵਿੱਚ ਤੁਹਾਨੂੰ 11 ਗਾਣੇ ਸੁਣਨ ਨੂੰ ਮਿਲਣਗੇ ਔਰ 11 ਦੇ 11 ਗਾਣੇ ਅਰਜਨ ਢਿੱਲੋਂ ਵੱਲੋਂ ਲਿਖੇ ਗਏ ਨੇ। ਔਰ 11 ਦੇ 11 ਗਾਣਿਆਂ ਦੀ ਜਿਹੜੀ ਟਾਈਟਲ ਆ ਉਹ ਸਾਹਮਣੇ ਆ ਚੁੱਕਾ ਹੈ, ਉਹ ਟਾਈਟਲ ਵੀ ਤੁਹਾਨੂੰ ਦੱਸਦੇ ਹਾਂ। ਪਰ ਇਸ ਤੋਂ ਪਹਿਲਾਂ ਗੱਲ ਇਹ ਕਰਦੇ ਹਾਂ ਕਿ ਅਕਸਰ ਦੋਨਾਂ ਨੂੰ ਅਸੀਂ ਇਕੱਠਿਆਂ ਦੇਖਿਆ, ਕਈ ਜਗ੍ਹਾਵਾਂ 'ਤੇ ਸਪੋਰਟ ਕੀਤਾ ਆ ਅਤੇ ਕਈ ਖਬਰਾਂ ਵੀ ਉੱਠਦੀਆਂ ਰਹਿੰਦੀਆਂ ਨੇ ਦੋਨਾਂ ਦੇ ਲੈ ਕੇ, ਪਰ ਦੋਨੇ ਇੱਕ ਵਾਰ ਫਿਰ ਇਕੱਠੇ ਨਜ਼ਰ ਆਉਣ ਵਾਲੇ ਨੇ। ਇੱਕ ਬਹੁਤ ਵੱਡੀ ਗੱਲ ਹੈ ਕਿ 11 ਦੇ 11 ਗਾਣੇ ਜਿਹੜੇ ਅਰਜਨ ਵੱਲੋਂ ਲਿਖੇ ਗਏ ਨੇ ਔਰ ਟਾਈਟਲ ਉਹਨਾਂ ਦਾ ਕੀ ਹੈ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਸਭ ਤੋਂ ਪਹਿਲੇ ਗਾਣੇ ਦਾ ਨਾਮ ਹੈ ਬੇਬੀ, ਦੂਸਰੇ ਗਾਣੇ ਦਾ ਨਾਮ ਹੈ ਟੌਪ 'ਤੇ, ਤੀਸਰੇ ਗਾਣੇ ਦਾ ਨਾਮ ਹੈ ਡਾਊਟਸ, ਚੌਥੇ ਗਾਣੇ ਦਾ ਨਾਮ ਹੈ ਫੱਗਣ, ਪੰਜਵੇਂ ਗਾਣੇ ਦਾ ਨਾਮ ਹੈ ਹਿਡਨ ਸਕਾਰਸ, ਛੇਵੇਂ ਗਾਣੇ ਦਾ ਨਾਮ ਹੈ ਕਾਂਟ ਗੈਟ ਓਵਰ, ਸੱਤਵੇਂ ਗਾਣੇ ਦਾ ਨਾਮ ਹੈ ਜੱਟਾ ਜ਼ਾਲਮਾ, ਅੱਠਵੇਂ ਗਾਣੇ ਦਾ ਨਾਮ ਹੈ ਆਜਾ ਗੱਲਾਂ ਕਰੀਏ, ਨੌਵੇਂ ਗਾਣੇ ਦਾ ਨਾਮ ਹੈ ਵੰਡਰਸ, ਦਸਵੇਂ ਗਾਣੇ ਦਾ ਨਾਮ ਹੈ ਕੌਸ ਆਫ ਯੂ ਅਤੇ 11ਵੇਂ ਗਾਣੇ ਦਾ ਨਾਮ ਹੈ ਚਾਰ ਦਿਨ ਜ਼ਿੰਦਗੀ। ਸੋ ਇਹ 11 ਗਾਣੇ ਨੇ ਇਸ ਐਲਬਮ ਦੇ ਵਿੱਚ, ਐਲਬਮ ਦਾ ਨਾਮ ਹੈ ਮੈਜੀਕਲ ਔਰ 11 ਦੇ 11 ਗਾਣੇ ਜਿਹੜੇ ਅਰਜਨ ਢਿੱਲੋਂ ਵੱਲੋਂ ਲਿਖੇ ਗਏ ਨੇ। ਤੁਸੀਂ ਪਹਿਲਾਂ ਵੀ ਸੁਣਿਆ ਅਤੇ ਦੇਖਿਆ ਕਿ ਅਰਜਨ ਢਿੱਲੋਂ ਦੀ ਜਿਹੜੀ ਲਿਖਣੀ ਆ ਉਹ ਬਾ ਕਮਾਲ ਆ, ਕਿਉਂਕਿ ਬਹੁਤ ਡੂੰਘੇ ਅਰਥ ਹੁੰਦੇ ਨੇ ਅਰਜਨ ਢਿੱਲੋਂ ਦੀ ਗੀਤਕਾਰੀ ਦੇ ਜਾਂ ਲਿਖਣੀ ਦੇ। ਸੋ ਸੁਲਝੇ ਹੋਏ ਕਲਾਕਾਰ ਨੇ, ਸੁਲਝੇ ਹੋਏ ਗਾਇਕ ਨੇ ਔਰ ਸੁਲਝੇ ਹੋਏ ਗੀਤਕਾਰ ਨੇ। ਸੋ ਪਹਿਲਾਂ ਵੀ ਨਿਮਰਤ ਖਹਿਰਾ ਦੇ ਕਈ ਗਾਣੇ ਜਿਹੜੇ ਆ ਉਹ ਅਰਜਨ ਢਿੱਲੋਂ ਵੱਲੋਂ ਲਿਖੇ ਗਏ ਸੀਗੇ ਅਤੇ ਹੋਲੀ ਵਾਲੇ ਦਿਨ ਵੀ ਇਕੱਠੇ ਸਾਨੂੰ ਦੇਖਣ ਨੂੰ ਮਿਲੇ ਸੀਗੇ ਅਰਜਨ ਢਿੱਲੋਂ ਔਰ ਨਿਮਰਤ ਖਹਿਰਾ। ਸੋ ਐਲਬਮ ਦਾ ਕਿਹਨੂੰ ਇੰਤਜ਼ਾਰ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਦੇਖਦੇ ਰਹੋ ਦੈਨਿਕ ਸਵੇਰਾ ਟੀਵੀ। ਸਤਿ ਸ਼੍ਰੀ ਅਕਾਲ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।